ਬਠਿੰਡਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਹਲਕੇ ਦੇ ਕਸਬਾ ਸਰਦੂਲਗੜ੍ਹ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਬੂਥ ਕਮੇਟੀਆਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਆਵਾਮ ਵਿੱਚ ਲੈ ਕੇ ਜਾਣ ਦੀ ਗੱਲ ਕਹੀ। ਪੰਜਾਬ ਦੇ ਤਾਜ਼ਾ ਹਾਲਾਤਾਂ ਤੇ ਬੋਲਦਿਆਂ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇੰਨੇ ਕੁ ਹਨ ਕਿ ਨਸ਼ਿਆਂ ਕਾਰਨ ਬੇਕਸੂਰ ਨੌਜਵਾਨ ਮਰ ਰਹੇ ਹਨ ਅਤੇ ਕੋਈ ਵੀ ਨਸ਼ਿਆਂ ਖਿਲਾਫ਼ ਸ਼ਿਕਾਇਤ ਕਰਨ ਦੀ ਗੱਲ ਕਰਦਾ ਹੈ ਤਾਂ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਸਿਰਫ ਰਾਜਨੀਤੀ ਕੀਤੀ ਹੈ। ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਦਰਦ ਨੂੰ ਸਮਝਦੇ ਹੋਏ ਕੰਮ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹੀ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕਰ ਲਿਆ ਸੀ। 7 ਸਾਲ 'ਚ ਦੇਸ਼ ਸਿੱਖਿਆ 15ਵੇਂ ਸਥਾਨ 'ਤੇ ਅਤੇ ਸਿਹਤ 17ਵੇਂ ਸਥਾਨ 'ਤੇ ਆ ਗਈ ਹੈ। ਇਸ ਮੌਕੇ ਪੰਜਾਬ ਦੇ ਹਾਲਾਤ ਇਹ ਹਨ ਕਿ ਕਾਨੂੰਨ ਵਿਵਸਥਾ ਬਿਲਕੁਲ ਖਰਾਬ ਹੋ ਚੁੱਕੀ ਹੈ। ਮਾਨਸਾ ਤੋਂ ਵਿਕਰਮ ਵਿੱਕੀ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ। ਦੇਖੋ, ਕਾਂਗਰਸ ਸਰਕਾਰ ਨੇ ਬੁੱਟਾ ਸਾਹਿਬ ਨੂੰ ਹੱਥ 'ਚ ਫੜ ਕੇ ਜਿਹੜੇ ਵੀ ਬਣੇ, ਭਾਵੇਂ ਅਮਰਿੰਦਰ ਸਿੰਘ ਨੇ ਗੁਤਕਾ ਸਾਹਿਬ ਨੂੰ ਫੜਿਆ ਸੀ, ਸਟੇਜ ਤੇ ਤਾਂ ਸਾਰੇ ਖੜੇ ਸੀਗੇ ਨਾ। ਉਹਦੇ ਬਾਅਦ ਲੋਕਾਂ ਦੇ ਕੋਲ ਵੀ ਆਪ ਦੀ ਸਹੁੰ ਦੀ ਤਾਕਤ 'ਤੇ ਜਾ ਕੇ ਸਹੁੰ ਖਾਧੀ ਕਿ 4 ਹਫ਼ਤਿਆਂ 'ਚ ਨਸ਼ੇ ਖਤਮ ਕਰ ਦਾਂਗੇ। 4 ਹਫ਼ਤੇ ਕੀ 5 ਸਾਲ ਨਿਕਲ ਗਏ, ਲੇਕਿਨ ਨਸ਼ੇ ਲਗਾਤਾਰ ਵੱਧਦੇ ਹੀ ਰਹੇ ਤੇ ਇਹਨਾਂ ਦੇ ਆਪ ਦੇ ਲੋਕਾਂ ਨੇ ਇਹਨਾਂ ਦੇ ਲੀਡਰਾਂ ਤੇ ਪ੍ਰਸ਼ਾਸਨ 'ਚ ਉਂਗਲ ਉਠਾਈ ਸੀਗੀ, ਲੇਕਿਨ ਕੋਈ ਐਕਸ਼ਨ ਨਹੀਂ ਹੋਇਆ। ਉਹਦੇ ਬਾਅਦ ਕਹਿਣ ਵਾਲੀ ਕੇਜਰੀਵਾਲ ਨੇ, ਜਿਹਨੇ ਕਿਹਾ ਸੀ ਇਮਾਨਦਾਰ ਮੁੱਖ ਮੰਤਰੀ ਜੇ ਹੋਏ ਤਾਂ 10 ਦਿਨਾਂ 'ਚ ਐ ਨਸ਼ੇ ਖਤਮ ਹੋਣਗੇ। ਭਗਵੰਤ ਮਾਨ ਨੇ ਆਪ ਸਹੁੰ ਖਾਧੀਆ ਸੀ ਕਿ ਨਸ਼ੇ ਖਤਮ ਕਰ ਦੂਗਾ, ਹੁਣ ਸਾਲ ਦਾ ਦੂਜਾ ਸਿਰ ਵੱਧ ਹੀ ਨਹੀਂ ਰਹੇ ਨੇ, ਬੇਕਸੂਰ ਨੌਜਵਾਨ ਮਰ ਹੀ ਨਹੀਂ ਰਹੇ ਨੇ, ਮਾਵਾਂ ਦੇ ਪੁੱਤ ਮਰ ਰਹੇ ਨੇ। ਲੇਕਿਨ ਜੇ ਕੋਈ ਜਾ ਕੇ ਨਸ਼ਿਆਂ ਦੇ ਖਿਲਾਫ਼ ਕੋਈ ਦੱਸੇ ਵੀ ਕਿ ਫਲਾਹ ਵੇਚ ਰਹੇ ਉੱਥੇ ਵਿਕ ਰਿਹਾ, ਐਕਸ਼ਨ ਛੱਡੋ, ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਹੈ। ਤੇ ਹੈਰਾਨੀ ਦੀ ਗੱਲ ਆ ਕਿ ਭਾਜਪਾ 'ਚ ਆਪਾਂ ਦੇਖਿਆ ਕਿ ਇੱਕ ਅਕਾਲੀ ਦਲ ਦਾ ਲੀਡਰ ਜਦ ਸ਼ਾਮਿਲ ਹੋਇਆ ਤੇ ਸਟੇਜ ਦੇ ਉੱਤੇ ਜਿਹੜਾ ਬੰਦਾ 12 ਸਾਲ ਨਸ਼ੇ ਦੇ ਨਾਲ 32 ਕਿਲੋ ਹੈਰੋਇਨ ਦੇ ਨਾਲ ਫੜਿਆ ਗਿਆ, 12 ਸਾਲ ਸਜ਼ਾ ਕੱਟ ਕੇ 2 ਸਾਲ ਪਹਿਲੇ ਨਿਕਲ ਕੇ ਆਇਆ ਹੈ, ਅੱਜ ਭਾਜਪਾ 'ਚ ਉਹਨੂੰ ਗ੍ਰਹਿ ਮੰਤਰੀ ਦੇ ਸਟੇਜ ਤੇ ਉਹਦੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਤੇ ਫਿਰ ਮੈਂ ਆਹੀ ਪੁੱਛਣਾ ਚਾਹੁੰਦੀ ਹਾਂ ਕਿ ਭਾਵੇਂ ਕਾਂਗਰਸ ਹੋਏ, ਭਾਵੇਂ ਆਮ ਆਦਮੀ ਹੋਏ ਜਾਂ ਫਿਰ ਭਾਵੇਂ ਭਾਜਪਾ ਹੋਏ, ਇਹ ਨਸ਼ਿਆਂ ਦੇ ਉੱਤੇ ਇਹਨਾਂ ਨੇ ਇਕੱਲੇ ਸਿਆਸਤ ਖੇਡੀ ਹੈ? ਜੇ ਕਿਸੇ ਨੂੰ ਪੰਜਾਬ ਦਾ ਦਰਦ ਹੈ ਉਹ ਸਿਰਫ ਆਪਣਿਆਂ ਨੂੰ ਹੋ ਸਕਦਾ ਹੈ। ਇਹ ਦਿੱਲੀ ਬੈਠੇ ਹਾਈ ਕਮਾਂਡ ਹੁੰਦੇ ਨੇ, ਇਹਨਾਂ ਦੇ ਸਿਰਫ ਇੱਥੇ ਗੁਲਾਮ ਹੁੰਦੇ ਨੇ। ਜੇ ਆਪਣੇ ਹੈਗੇ ਤੇ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਕਿਸੇ ਮਾਂ ਦੇ ਮਰਦੇ ਹੋਏ ਪੁੱਤ ਨੂੰ ਦੇਖ ਕੇ ਦਰਦ ਪੀੜਾ ਹੁੰਦੀ ਹੈ। ਜੇ ਅੱਜ ਤਾਈਂ ਕੋਈ ਕਿੰਗ ਪਿੰਨ ਫੜਿਆ ਗਿਆ ਹੈ ਭੋਲਾ, ਉਹਨੂੰ ਵੀ ਅਕਾਲੀ ਦਲ ਨੇ ਫੜਿਆ ਸੀ, ਉਹਦੇ ਬਾਅਦ ਦੱਸ ਦੋ। ਸਿਆਸਤ ਜ਼ਰੂਰ ਖੇਡੀ ਹੈ, ਲੇਕਿਨ ਫੜਿਆ ਕਿਸੇ ਨੂੰ ਨਹੀਂ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ 'ਚ ਤਾਂ ਜਿੰਨਾ ਗਹਿਰਾ ਤੇ ਡੂੰਘਾ ਦੁੱਖ ਹੈ ਸ਼ਾਇਦ ਉਹ ਬਿਆਨ ਵੀ ਨਹੀਂ ਹੋ ਰਿਹਾ। 2015 ਦਾ ਪੰਜਾਬ ਕੀ ਸੀ? ਜਿੱਥੇ ਅਮਨ ਸ਼ਾਂਤੀ ਸੀ, ਭਾਈਚਾਰਕ ਸਾਂਝ ਸੀ, ਹਾਈਵੇ ਬਣ ਰਹੇ ਸੀ, ਬਿਜਲੀ ਦੇ ਗ੍ਰਿਡਾਂ ਬਣ ਰਹੀਆਂ ਸੀਗੀਆਂ, ਮੰਡੀਆਂ ਬਣ ਰਹੀਆਂ, ਹਰ ਗਰੀਬ ਦੀ ਬਾਂਹ ਫੜੀ ਜਾਂਦੀ ਸੀ, ਭਾਵੇਂ ਆਟਾ ਦਾਲ, ਭਾਵੇਂ ਪੈਨਸ਼ਨ, ਭਾਵੇਂ ਸ਼ਗਨ, ਹਰ ਪਿੰਡ ਨੂੰ ਵਿਕਾਸ ਦੀ ਗਰੰਟਾ, ਹਰ ਸ਼ਹਿਰ ਵਿੱਚ ਵਿਕਾਸ ਦੇ ਕੰਮ, ਨਹਿਰੀ ਪਾਣੀ ਦਾ ਕੰਮ ਹੋਏ, ਵੱਡੇ ਸੂਏ ਹੋਣ, ਜੋ ਕੁਛ ਆਪਾਂ ਕਹਿ ਸਕਦੇ ਹਾਂ, ਸਕੂਲ ਅਪਗ੍ਰੇਡ ਕੀਤੇ ਜਾਣ, ਏਮਸ ਵਰਗਾ ਹਸਪਤਾਲ, ਸਾਰੇ ਪੱਖੋਂ ਚੌਪੱਖੀ ਵਿਕਾਸ ਹੋ ਰਿਹਾ ਸੀਗਾ। ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਅਕਾਲੀ ਸਰਕਾਰ ਦੇ ਜਾਣ ਤੋਂ ਬਾਅਦ ਇਹਨਾਂ 7 ਸਾਲਾਂ 'ਚ ਲੋਕੀ ਦੱਸਦੇ ਨੇ ਇੱਕ ਵਿਕਾਸ ਦਾ ਕੰਮ ਉਹਨਾਂ ਦੇ ਇਲਾਕੇ 'ਚ ਜੇ ਹੋਇਆ ਹੈ? ਹਾਂ, ਗਰੀਬਾਂ ਦੇ ਕਾਰਡ ਜ਼ਰੂਰ ਕੱਟੇ ਗਏ ਨੇ ਜਿਹੜੇ ਬਾਦਲ ਸਾਹਿਬ ਨੇ ਲਗਾਏ ਸੀਗੇ, ਸ਼ਗਨ ਦੀ ਸਕੀਮ ਜ਼ਰੂਰ ਰੱਦ ਕਰ ਦਿੱਤੀ ਹੈ ਜਿਹੜੇ ਬਾਦਲ ਸਾਹਿਬ ਨੇ ਦਿੱਤੀ ਸੀ, ਪੈਨਸ਼ਨਾਂ ਨਵੀਆਂ ਵਾਸਤੇ ਹੁਣ ਵੀ ਲੋਕੀ ਫਿਰਦੇ ਨੇ ਜੇ ਸਮੇਂ 'ਚ ਕਿਸੇ ਦੀ ਆ ਗਈ ਤੇ ਕਿਸੇ ਦੀ ਰਹਿ ਗਈ। ਤੇ ਕਾਨੂੰਨ ਵਿਵਸਥਾ ਦੇ ਤਾਂ ਜਿਹੋ ਜਿਹੇ ਹਾਲਾਤ ਨੇ, ਹੁਣ ਗੈਂਗਸਟਰ ਹਾਈ ਸਿਕਿਉਰਿਟੀ ਜੇਲ੍ਹ ਦੇ ਅੰਦਰੋਂ ਇੱਕ ਇੱਕ ਘੰਟੇ ਦੇ ਇੰਟਰਵਿਊ ਦੇ ਰਹੇ ਨੇ ਤੇ ਅੱਜ ਤਾਈਂ ਨਾ ਕਿਸੇ ਦੇ ਖਿਲਾਫ਼ ਕੋਈ ਐਕਸ਼ਨ, ਬਲਕਿ ਕਵਰ ਅਪ। ਜੇ DGP ਤੁਹਾਡੇ ਕੋਲ ਕੋਈ ਪਰਮਾਨੈਂਟ ਨਹੀਂ ਹੈਗਾ, ਕਾਰਜਕਾਰੀ DGP ਬਿਠਾਇਆ ਹੋਇਆ ਹੈ, ਤੇ ਫਿਰ ਜ਼ਿੰਮੇਵਾਰੀ ਕਿੱਥੇ? ਹਕੀਕਤ ਆ ਹੈਗੀ ਕਿ ਮੈਨੂੰ ਲੱਗਦਾ ਨਿਆਣਿਆਂ ਦੇ ਹੱਥ ਇਹ ਪੰਜਾਬ ਵਰਗੇ ਜਹਾਜ਼ ਨੂੰ ਫੜਾਤਾ, ਹੁਣ ਨਿਆਣੇ ਨੂੰ ਨਾ ਤਾਂ ਚਲਾਉਣਾ ਆਏ, ਨਾ ਬੰਦ ਕਰਨਾ ਆਏ, ਨਾ ਕੁਛ ਕਰਨਾ ਹੈ, ਤੇ ਪੰਜਾਬ ਦਾ ਰੱਬ ਰੱਖਾ ਹੀ ਕੰਮ ਚੱਲੇ, ਕਿਉਂਕਿ ਸਰਕਾਰ ਨਾਮ ਦੀ ਚੀਜ਼ ਨਹੀਂ ਹੈ। ਲੁੱਟਾ ਖੋਆ, ਕਾਨੂੰਨ ਵਿਵਸਥਾ, ਇੰਡਸਟਰੀ ਭੱਜ ਰਹੀ ਹੈ, ਬੱਚੇ ਵਿਦੇਸ਼ ਜਾ ਰਹੇ ਨੇ, ਤੇ ਪੰਜਾਬ ਦੇ ਹਾਲਤ ਰੋਜ਼ ਦੀ ਰੋਜ਼ ਡਿੱਗਦੇ ਜਾ ਰਹੇ ਹਨ। ਤੁਸੀਂ ਲੇਟੈਸਟ ਆਂਕੜੇ ਦੇਖਿਓ, ਜਿਹੜੀ ਐਜੂਕੇਸ਼ਨ ਨੂੰ ਅਸੀਂ 3ਜੇ ਨੰਬਰ 'ਚ ਛੱਡ ਕੇ ਗਏ ਸੀ ਉਹ 15ਵੇਂ ਨੰਬਰ 'ਚ ਆ ਗਈ।
ਜਿਹੜੀ ਸਿਹਤ ਸਹੂਲਤਾਂ ਨੂੰ ਅਸੀਂ ਪੰਜਵੇਂ ਨੰਬਰ ਤੇ ਛੱਡਿਆ ਸੀ ਉਹ 17ਵੇਂ ਨੰਬਰ ਤੇ ਦੇਸ਼ 'ਚ ਆ ਗਏ। ਇਹ 5-7 ਸਾਲਾਂ 'ਚ ਹੀ ਹੋ ਗਿਆ ਤੇ ਹੋਰ ਮੈਨੂੰ ਦੱਸਣ ਦੀ ਲੋੜ ਨਹੀਂ। ਆ ਝੂਠੀ ਸਰਕਾਰਾਂ ਨੇ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਦਗਾ ਕੀਤਾ ਹੈ। ਅੱਜ ਨਾ ਕਾਂਗਰਸ ਲੱਭਦੇ ਨੇ, ਨਾ ਕੋਈ ਆਮ ਆਦਮੀ ਦਾ ਲੱਭਦਾ ਹੈ। ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਲੋਕਾਂ ਦੀ ਹੈਗੀ ਉਹ ਅੱਜ ਵੀ ਲੋਕਾਂ ਦੇ ਵਿੱਚ, ਭਾਵੇਂ ਹਾਰੇ ਭਾਵੇਂ ਜਿੱਤੇ, ਜਿਵੇਂ ਪਹਿਲੇ ਤੁਹਾਡੇ ਵਿੱਚ ਵਿਚਰਦੇ ਸੀ ਅੱਜ ਵੀ ਤੁਹਾਡੇ ਵਿੱਚ ਹੀ ਤੁਰੇ ਫਿਰਦੇ ਨੇ। ਜਿੰਨੇ ਜੋਗੇ ਕੰਮ ਕਰ ਸਕਦੇ ਆ ਦ੍ਰਿੜਤਾ ਦੇ ਨਾਲ ਕਰਦੇ ਰਹਾਂਗੇ। ਸਰਕਾਰ ਵੱਲੋਂ ਜੋ ਪੰਜਾਬ ਦੇ ਨੌਜਵਾਨਾਂ ਤੇ ਐਚਐਸਸੀ ਲਗਾਇਆ ਗਿਆ ਉਹਦੇ ਸੌਂਦ ਨੂੰ ਕੁਸ਼ਤੀ ਕਰਨ ਦੋ ਨਹੀਂ। ਬੜੀ ਦੁੱਖ ਦੀ ਗੱਲ ਹੈਗੀ, ਮੈਂ ਇਸ ਗੱਲ ਦੀ ਸਖਤ ਸ਼ਬਦਾਂ ਨਾਲ ਖੰਡਨ ਕਰਦੀ ਆ, ਨਿੰਦਾ ਕਰਦੀ ਆ। ਜੇ ਕਿਸੇ ਨੇ ਕੋਈ ਗੁਨਾਹ ਕੀਤਾ ਉਹਦੇ ਖਿਲਾਫ ਜ਼ਰੂਰ ਐਕਸ਼ਨ ਹੋਣਾ ਚਾਹੀਦਾ ਹੈ। ਜੋ ਗਲਤੀ ਕਰਦਾ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ, ਲੇਕਿਨ ਉਹਦੇ ਆੜ ਵਿੱਚ ਤੁਸੀਂ ਬੇਕਸੂਰ ਨੌਜਵਾਨਾਂ ਨੂੰ, ਕਿਸੇ ਨੌਜਵਾਨ ਨੇ ਜੇ ਕੋਈ ਪੋਸਟ ਪਾਤੀ, ਕੋਈ ਸ਼ੇਅਰ ਕਰਤਾ, ਕੋਈ ਕਮੈਂਟ ਕਰਤਾ, ਤੁਸੀਂ ਉਹਨੂੰ ਨੈਸ਼ਨਲ ਸਿਕਿਉਰਿਟੀ ਐਕਟ ਲਗਾ ਕੇ ਤੁਸੀਂ ਉਹਨੂੰ ਆਸਾਮ ਜਾ ਕੇ ਡੇਰਾ ਜੇਲ੍ਹਾਂ 'ਚ ਧੱਕ ਦਿਓ। 300-400 ਸਾਡੇ ਨੌਜਵਾਨਾਂ ਨੂੰ ਤੁਸੀਂ ਉਹਨਾਂ ਦਾ ਭਵਿੱਖ ਖਰਾਬ ਕਰ ਦਿਓ। ਡਰਾ ਧਮਕਾ ਕੇ ਸਿਰਫ ਆਪਣੀ ਸਿਆਸੀ ਉਹਨਾਂ ਦਾ ਮੂੰਹ ਬੋਲੀ ਬੰਦ ਕਰਨ ਵਾਸਤੇ ਤੁਸੀਂ ਇਸ ਤਰ੍ਹਾਂ ਉਹਨਾਂ ਦਾ ਭਵਿੱਖ ਖਰਾਬ ਕਰ ਦਿਓ ਐਨਐਸਏ ਲਗਾ ਕੇ, ਬਹੁਤ ਹੀ ਨਿੰਦਣਯੋਗ ਹੈ। ਤੇ ਹੁਣ ਇਸ ਤੋਂ ਵੀ ਦੁੱਖ ਦੀ ਗੱਲ ਹੈ ਕਿ ਮੁੰਡਿਆਂ ਨੂੰ ਨਹੀਂ, ਲੇਕਿਨ ਉਹਨਾਂ ਦੇ ਬਜ਼ੁਰਗ ਮਾਤਾਵਾਂ ਨੂੰ, ਉਹਨਾਂ ਦੀ ਭੈਣਾਂ ਨੂੰ, ਧੀਆਂ ਨੂੰ, ਨੌਜਵਾਨਾਂ ਨੂੰ, ਕਿਸੇ ਨੂੰ ਜੰਮੂ ਕਸ਼ਮੀਰ ਤੋਂ, ਕਿਸੇ ਨੂੰ ਦਿੱਲੀ ਤੋਂ, ਕਿਸੇ ਨੂੰ ਹਰਿਆਣੇ ਤੋਂ, ਪੰਜਾਬ ਤੋਂ, ਹੁਣ ਤੁਸੀਂ ਔਰਤਾਂ ਨੂੰ ਵੀ ਫੜਨ ਲੱਗੇ ਹੋ। ਬਿਲਕੁਲ, ਜੋ ਗਲਤੀ ਕਰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਅਸੀਂ ਉਹਦੇ ਪੂਰੇ ਹੱਕ 'ਚ ਹੈ। ਬਲਕਿ ਤੁਸੀਂ 3-3 ਮਹੀਨੇ ਮਹੀਨੇ ਪਰ ਸਜ਼ਾ ਹੀ ਨਹੀਂ ਦਿੰਦੇ ਹੋ, ਜਿਹਦੇ ਕਰਕੇ ਹਾਲਾਤ ਪੈਦਾ ਕਰਕੇ ਹੁਣ ਤੁਸੀਂ ਦਹਿਸ਼ਤ ਦਾ ਮਾਹੌਲ ਇੰਨਾ ਬਣਾਤਾ ਹੈ ਕਿ ਵਿਸਾਖੀ ਦੇ ਦਿਨ ਜਿੱਥੇ ਪੈਰ ਧਰਨ ਦੀ ਜਗ੍ਹਾ ਨਹੀਂ ਹੁੰਦੀ ਹੈ ਤਖ਼ਤ ਦਮਦਮਾ ਸਾਹਿਬ 'ਚ, ਕਦੇ 144 ਦੀ ਅਫਵਾਹਾਂ ਫੈਲ ਰਹੀਆਂ, ਪੈਰ ਪੈਰ 'ਚ ਉੱਥੇ ਨਾਕੇ ਲਾਏ ਹੋਏ ਨੇ, ਇੰਨੀ ਪੁਲਿਸ ਭਰੀ ਹੋਈ ਸੀ ਕਿ ਸ਼ਰਧਾਲੂ ਘੱਟ ਤੇ ਪੁਲਿਸ ਵੱਧ। ਤੇ ਭਗਵੰਤ ਮਾਨ ਕਿੱਥੇ ਸੀਗਾ? ਮੁੱਖ ਮੰਤਰੀ ਪਿਛਲੇ ਸਾਲ ਤਾਂ ਸ਼ਰਾਬ 'ਚ ਡੱਕਿਆ ਨਤਮਸਤਕ ਹੋਣ ਆਇਆ ਸੀ, ਹੁਣ ਆ ਕੇ ਹਾਲਾਤ ਕਿਉਂ ਨਹੀਂ ਦੇਖਣ ਵਾਸਤੇ ਆਇਆ? ਹਕੀਕਤ ਆ ਕਿ ਜਲੰਧਰ 'ਚ ਜਿੱਥੇ ਜਿਵੇਂ ਅੱਜ ਆਮ ਆਦਮੀ ਦੀ ਪਾਰਟੀ ਵੋਟਾਂ ਦੇ ਨਿਕਲ ਰਹੀ ਹੈ, ਲੋਕੀ ਡਾਂਗਾਂ ਦੇ ਨਾਲ ਉਹਨਾਂ ਨੂੰ ਆਪਣੇ ਪਿੰਡਾਂ ਤੋਂ ਖਦੇੜ ਰਹੇ ਨੇ। ਇਸ ਕਰਕੇ ਮੁੱਖ ਮੰਤਰੀ ਨਹੀਂ ਆਇਆ, ਕਿਉਂਕਿ ਉਹਨੂੰ ਵੀ ਰਿਪੋਰਟਾਂ ਸੀ ਕਿ ਇਹ ਵੀ ਉੱਥੇ ਹਾਲਾਤ ਆਈ ਹੋਣਗੇ ਜੇ ਕਿਤੇ ਤਲਵੰਡੀ ਸਾਹਿਬ ਆ ਗਿਆ। ਇੱਕ ਲਾਸਟ ਕੁਐਸਚਨ ਜੀ, ਸੰਪੂਰਣ ਹਲਕੇ ਦੇ ਪਿੰਡਾਂ 'ਚ ਬਦਲਾ ਸਿੰਘ ਘੁੰਦੜ ਨੇ ਵੀ ਦੌਰਾ ਕੀਤਾ ਜੀ, ਗੜੇਮਾਰੀ ਨਾਲ ਕਾਫੀ ਨੁਕਸਾਨ ਹੋਇਆ ਸੀ। ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਵਿਸਾਖੀ ਤੱਕ ਪੈਸੇ ਖਾਤਿਆਂ 'ਚ ਪਾ ਦਾਂਗੇ, ਪਰ ਹਜੇ ਤੱਕ ਜੇ ਅਧਿਕਾਰੀ ਲਿਖ ਰਹੇ ਨੇ ਤਾਂ ਜੀ 26-25% ਲਿਖ ਰਹੇ ਨੇ ਤੇ ਨਹੀਂ, ਹਜੇ ਤੱਕ ਕਿਸੇ ਨੂੰ ਕੁਛ ਨਹੀਂ ਮਿਲਿਆ। ਦੇਖੋ, ਇਹ ਝੂਠੀ ਸਰਕਾਰ ਹੈਗੀ, ਧੋਖੇਬਾਜ਼ ਗੱਦਾਰ ਸਰਕਾਰ ਹੈਗੀ। ਇਹਨਾਂ ਨੇ ਸਰਕਾਰ ਹੀ ਧੋਖੇ ਦੇ ਨਾਲ ਝੂਠ ਮਾਰ ਕੇ ਬਣਾਈ। ਨਾ ਕਿਸੇ ਬੀਬੀ ਦੇ ਖਾਤੇ 'ਚ 1,000 ਰੁਪਏ ਆਏ ਨੇ, ਤੇ ਜਿਹੜੇ ਕਹਿੰਦੇ ਸੀ ਕਿ ਨੌਕਰੀਆਂ ਕੱਚੀਆਂ ਨੂੰ ਪੱਕੇ, ਸਾਰੇ ਧਰਨੇ 'ਚ ਬੈਠੇ। ਤਾਂ ਕਿਸਾਨਾਂ ਦੇ ਨਾਲ ਸਭ ਤੋਂ ਵੱਡਾ ਮਜ਼ਾਕ ਕਿਸਾਨਾਂ ਦੇ ਨਾਲ, ਜਿਹੜਾ ਪਹਿਲੇ ਕਹਿੰਦੇ ਸੀ ਵੋਟਾਂ ਦੇ ਵੇਲੇ ਕਿ ਜੀ ਜਿਵੇਂ ਦਿੱਲੀ 'ਚ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਸਰਦਾਰੀਆਂ ਹੁੰਦੀਆਂ ਰਹਿਣਗੀਆਂ, ਉਹ 50 ਛੱਡੋ। ਫਿਰ ਕਹਿੰਦਾ ਸੀ 20 ਤੋਂ ਵੀ ਕਰਕੇ 15 'ਚ ਆ ਗਿਆ, ਉਹ ਵੀ ਕਹਿੰਦੇ ਗਰਦਾਵਰੀਆਂ ਤੋਂ ਬਾਅਦ। ਹੁਣ ਗਰਦਾਵਰੀ ਕਿਤੇ ਹੋ ਨਹੀਂ ਰਹੀ ਹੈ। ਤੇ ਜਦ ਡੀਸੀ ਨੂੰ ਫੋਨ ਕਰਕੇ ਪੁੱਛਿਆ ਤੇ ਸਾਨੂੰ ਡੀਸੀ ਸਾਹਿਬ ਨੇ ਦੱਸਿਆ ਕਿ ਸਾਨੂੰ ਹਦਾਇਤਾਂ ਹੈਗੀਆਂ ਕਿ ਜਿੱਥੇ ਤਾਂ ਜੀ ਪਾਣੀ ਖੜਿਆ ਹੈ ਉੱਥੇ ਤੁਸੀਂ ਦੇਣੇ ਮੁਆਵਜ਼ੇ ਦੇਣੇ। ਹੁਣ ਇੰਨੀ ਤਪਤੀ ਗਰਮੀ 'ਚ ਦੱਸੋ ਪਾਣੀ ਕਿੱਥੇ ਖੜਿਆ ਹੋਣਾ ਹੈ? ਪਹਿਲੇ 20,000 ਦੇ 15,000 ਕਰਤੇ, ਹੁਣ 15,000 ਦੇ ਕਹਿਤਾ ਕਿ ਸਿਰਫ ਜਿੱਥੇ ਪਾਣੀ ਖੜਿਆ ਹੈ। ਹਕੀਕਤ ਹੈ ਕਿ ਵਿਸਾਖੀ ਤਾਂ ਕੀ, ਵਿਸਾਖੀ ਤਾਂ ਲੰਘ ਗਈ। ਮੈਨੂੰ ਦੱਸੋ ਕਿਹਨੂੰ ਮੁਆਵਜ਼ਾ ਮਿਲਿਆ ਹੈਗਾ? ਨਾ ਵਿਸਾਖੀ ਤੋਂ ਪਹਿਲਾਂ ਪਿਛਲੇ ਨਰਮੇ ਦਾ ਨਹੀਂ ਮਿਲਿਆ, ਪਿਛਲੇ ਸਾਲ ਜਿਹੜੇ ਗੜੇ ਮਿਲੇ ਸੀ ਉਹਦਾ ਨਹੀਂ ਮਿਲਿਆ। ਤਾਂ ਹੁਣ ਆਹ ਵੀ ਗੱਲਾਂ ਕਹਿ ਕੇ ਇਹਨੇ ਗੱਲਾਂ ਦੇ ਨਾਲ ਹੀ ਗੱਲਾਂ ਦਾ ਵਪਾਰ ਕਰਕੇ ਝੂਠ ਮਾਰ ਕੇ ਮੁੱਖ ਮੰਤਰੀ ਬਣ ਗਿਆ। ਹੁਣ ਗੱਲਾਂ ਦੇ ਨਾਲ ਹੀ ਸਾਲ ਟਪਾਤਾ, ਤਾਂ ਹੀ ਗੱਲਾਂ ਦੇ ਨਾਲ ਇਹਨੇ ਗਾਂ 4 ਸਾਲ ਟਪਾਉਣ ਦੇ ਆੜ 'ਚ ਬੈਠਿਆ ਹੈ। ਲੇਕਿਨ ਲੋਕਾਂ ਨੇ ਬਖਸ਼ਣਾ ਨਹੀਂ ਹੈਗਾ, ਇਹਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਬਾਹਲੀ ਜ਼ਿਆਦਾ ਦੇਰ ਦਾ ਮਹਿਮਾਨ ਹੀ ਤਾਂ, ਮੈਂ ਤਾਂ ਰੱਬ ਦੇ ਅੱਗੇ ਅਰਦਾਸ ਕਰਦੀ ਹਾਂ ਜਿੰਨੀ ਛੇਤੀ ਇਹ ਸਰਕਾਰ ਤੋਂ ਛੁਟਕਾਰਾ ਮਿਲੇ, ਲੋਕੀ ਅਰਦਾਸ ਕਰਨ, ਭਾਵੇਂ ਹੋਰ ਜਿਹਨੂੰ ਮਰਜ਼ੀ ਲੈ ਆਉਣ, ਲੇਕਿਨ ਇਹ ਸਰਕਾਰ ਨੇ ਜਿੰਨਾ ਨਾਸ ਕਰਤਾ ਹੈ ਇਹਨਾਂ ਤੋਂ ਕੋਈ ਆਸ ਹੁਣ ਕਿਸੇ ਨੂੰ ਨਹੀਂ ਹੈਗੀ। ਨਹੀਂ ਜੀ, 2024 'ਚ ਕਿੰਨੇ ਲੜਨਾ ਕੀ ਨਾ, ਪਾਰਟੀਆਂ ਦੇ ਫੈਸਲੇ ਹੁੰਦੇ ਨੇ। ਮੈਂ ਮੌਜੂਦਾ ਇੱਥੇ ਦੀ ਮੈਂਬਰ ਆਫ ਪਾਰਲੀਮੈਂਟ ਹਾਂ ਤੇ ਮੈਂ ਆਪਣੇ ਸਾਰੇ ਹਲਕੇ 'ਚ ਪੂਰੇ ਪਿਛਲੇ 15 ਸਾਲ ਤੋਂ ਵਿਚਰਦੀ ਰਹੀ ਹਾਂ। ਅੱਜ ਵੀ ਇੱਥੇ ਆਉਣ ਦਾ ਆਹੀ ਮਕਸਦ ਸੀਗਾ ਕਿ ਕਈ ਸਮੱਸਿਆ ਹੈਗੀਆਂ ਜਿਹੜੀ ਇਸ ਮੰਡੀ ਦੀ ਹੈਗੀ, ਜਿਹੜੀ ਸਰਕਾਰ ਨੂੰ ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਹੈ। ਭਾਵੇਂ ਨਹਿਰੀ ਪਾਣੀ ਦੀ ਸਮੱਸਿਆ, ਭਾਵੇਂ ਆ ਮੰਡੀ ਦੇ ਮਜ਼ਦੂਰਾਂ ਦੀ ਸਮੱਸਿਆ ਹੈਗੀ, ਉਹ ਸਾਰੀ ਸਮੱਸਿਆ ਮੈਂ ਨੋਟ ਕਰ ਲਈ। ਛੋਟੀ ਛੋਟੀ ਚੀਜ਼ਾਂ, ਪੁਲ ਦੇ ਵਿੱਚ, ਫਲਾਈਓਵਰ ਦੇ ਵਿੱਚ ਪਾਸ ਬਣਾਉਣਾ ਹੈਗਾ, ਕੋਈ ਸੜਕ ਦਾ ਟੋਟਾ ਪੂਰਾ ਕਰਨਾ ਹੈਗਾ, ਲੇਕਿਨ ਇੱਥੇ ਸੁਣਵਾਈ ਸੁਣਨ ਵਾਲਾ ਹੀ ਕੋਈ ਨਹੀਂ ਹੈ। ਸੋ ਮੈਂ ਚਿੱਠੀ ਲਿਖਾਂਗੀ ਸਰਕਾਰ ਨੂੰ, ਸੂਬੇ ਦੀ ਸਰਕਾਰ ਨੂੰ ਤੇ ਕੇਂਦਰ ਨੂੰ ਵੀ,
लेकिन जो कोई पैर भी नहीं करूगा फिर कुछ काम हो जाते हैं कुछ रह जाते हैं। सो मैं सरकार को बेनती कर दिया कि अपनी जिम्मेवारी तो घट तो घट MLA साहब तुम पूरी करो, भगवंत मान साहब तुम पूरी करो, लोगों के बिच जाओ तो उन्होंने तकलीफा सुनो तो हल करो।